ਸਾਸਰੀ ਗਰਲਫ੍ਰੈਂਡ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਬਣਾਵਾਂਗੇ ਜੀ ਆਪਾਂ ਮਟਰ ਪਨੀਰ ਦੀ ਸਬਜੀ ਤੇ ਮਟਰ ਪਨੀਰ ਦੀ ਸਬਜੀ ਵਾਸਤੇ ਆਪਾਂ ਹੈ ਪਿਆਜ਼ ਤੇ ਲਸਣ ਟਮਾਟਰ ਹਰੀ ਮਿਰਚ ਅਦਰਕ ਤੇ ਥੋੜਾ ਜਿਹਾ ਅਦਰਕ ਆਪਾਂ ਪਤਲਾ ਲੰਬਾ ਕੱਟ ਲਿਆ ਤੇ ਇਹਨੂੰ ਹੁਣ ਆਪਾਂ ਥੋੜਾ ਜਿਹਾ ਮਸਾਲੇ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣੇ ਆ ਤੇ ਮਸਾਲਿਆਂ ਨੂੰ ਆਪਾਂ ਜੀ ਪੀਸ ਲਿਆ ਹੋਇਆ ਹੈ ਤੇ ਆਪਣੇ ਕੋਲ ਹੈਗੇ ਨੇ ਮਟਰ ਇਹਨਾਂ ਨੂੰ ਹੁਣ ਆਪਾਂ ਧੋ ਲੈਣੇ ਆ ਟੋਕਰੀ ਦੇ ਵਿੱਚ ਪਾ ਕੇ ਤੇ ਆ ਪਿਆਜ਼ ਤੇ ਲਸਣ ਨੂੰ ਮੈਂ ਅਲੱਗ ਪੀਸ ਲਿਆ ਤੇ ਇਧਰ ਟਮਾਟਰ ਤੇ ਅਦਰਕ ਤੇ ਹਰੀ ਮਿਰਚ ਨੂੰ ਅਲੱਗ ਪੀਸ ਲਿਆ ਤੁਸੀਂ ਚਾਹੋ ਤਾਂ ਇਕੱਠਾ ਵੀ ਪੀਸ ਸਕਦੇ ਹੋ ਤੇ ਕੁੱਕਰ ਦੇ ਵਿੱਚ ਹੁਣ ਪਾ ਲਿਆ ਆਪਾਂ ਤੇਲ ਸਰੋਂ ਦਾ ਨਾਲ ਪਾਤਾ ਜੀਰਾ ਤੇਲ ਆਪਣਾ ਗਰਮ ਹੋ ਗਿਆ ਸੀ ਥੋੜੀ ਜੀ ਹਿੰਗ ਪਾਤੀ ਹੈ ਤੇ ਹੁਣ ਆਪਾਂ ਪਾਵਾਂਗੇ ਪਹਿਲਾਂ ਆਦਰ ਆਪਣਾ ਪਿਆਜ਼ ਤੇ ਲਸਣ ਦੀ ਆਪਾਂ ਜਿਹੜਾ ਪੇਸਟ ਬਣਾਇਆ ਹੋਇਆ ਉਹ ਪਾ ਦਾਂਗੇ ਇਹਨੂੰ ਭੁੰਨ ਲੈਣੇ ਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਜੀ ਪਾਵਾਂਗੇ ਦੇ ਵਿੱਚ ਮਸਾਲੇ ਲੂਣ ਮਿਰਚ ਮਸਾਲੇ ਨੂੰ ਆਪਾਂ ਚੰਗੇ ਤਰ੍ਹਾਂ ਭੁੰਨ ਲਿਆ ਹੈ। ਹਲਦੀ ਪਾਤੀ ਹੈ, ਲੂਣ ਪਾਤਾ ਹੈ। ਤੇ ਹੁਣ ਆਪਾਂ ਪਾਵਾਂਗੇ ਲਾਲ ਮਿਰਚ। ਤੇ ਨੂੰ ਹੁਣ ਆਪਾਂ ਚੰਗੇ ਤਰ੍ਹਾਂ ਮਿਕਸ ਕਰ ਲੈਣੇ ਆ। ਤੇ ਗਰਮ ਮਸਾਲਾ ਮੇਰ ਕੋਲ ਹੈ ਨਹੀਂਗਾ ਹੁਣ ਤੇ ਇਸ ਕਰਕੇ ਗਰਮ ਮਸਾਲਾ ਮੈਂ ਨਹੀਂ ਪਾਇਆ ਹੈਗਾ। ਤੇ ਥੋੜਾ ਜਿਹਾ ਪਾਣੀ ਪਾਤਾ ਨਾਲ ਤੇ ਹੁਣ ਆਪਾਂ ਜੀ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਮੀਟ ਮਸਾਲਾ ਹੁਣ ਮੈਂ ਪਾਤਾ ਜੀ ਟਮਾਟਰ ਤੇ ਹਰੀ ਮਿਰਚ ਤੇ ਅਦਰਕ ਤੇ ਇਸ ਤੋਂ ਬਾਅਦ ਜੀ ਹੁਣ ਮੈਂ ਪਾਵਾਂਗੀ ਮੀਟ ਮਸਾਲਾ ਇਹਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜੀ ਮਿਕਸ ਕਰ ਲੈਣੇ ਆ ਇੱਕ ਵਾਰੀ ਤੇ ਇਹ ਲੰਬਾ ਪਤਲਾ ਕੱਟਿਆ ਹੋਇਆ ਅਦਰਕ ਵੀ ਆਪਾਂ ਨਾਲ ਹੀ ਪਾ ਦਾਂਗੇ ਤੇ ਥੋੜੀ ਜੀ ਪਾ ਦਾਂਗੇ ਜੀ ਕਸੂਰੀ ਮੇਥੀ ਹਰਾ ਧਨੀਆ ਹੈ ਨਹੀਂਗਾ ਆਪਣੇ ਕੋਲ ਹਰਾ ਧਨੀਆ ਹੋਵੇ ਤੇ ਆਪਾਂ ਹਰਾ ਧਨੀਆ ਵੀ ਪਾ ਸਕਦੇ ਆ ਆ ਰਾ ਤਾਂ ਇਹ ਆਪਣੀ ਜਗ੍ਹਾ ਤੇ ਪਊਗਾ ਮੇਥੀ ਆਪਣੀ ਜਗ੍ਹਾ ਤੇ ਪੈਣੀ ਹੈ ਦੋਨਾਂ ਦਾ ਅਲੱਗ-ਅਲੱਗ ਟੇਸਟ ਹੋਊਗਾ ਤੇ ਆਪਾਂ ਹੁਣ ਨਾਲ ਪਾ ਦਾਂਗੇ ਜੀ ਮਟਰ ਤੇ ਥੋੜਾ ਜਿਹਾ ਆਪਾਂ ਮਟਰਾਂ ਨੂੰ ਵੀ ਭੁੰਨ ਲਾਂਗੇ ਗਰੇਵੀ ਦੇ ਵਿੱਚ 2-3 ਮਿੰਟ ਤੱਕ ਤੇ ਫਿਰ ਆਪਾਂ ਪਾਣੀ ਪਾ ਦਾਂਗੇ ਇਹਦੇ ਵਿੱਚ ਪਾਣੀ ਆਪਾਂ ਆਪਣੀ ਤਰੀ ਦੇ ਅਕੋਰਡਿੰਗ ਪਾਵਾਂਗੇ ਜਿੰਨੀ ਕੁ ਸਾਨੂੰ ਤਰੀ ਚਾਹੀਦੀ ਹੈ ਗਾੜੇ ਜਾਂ ਪਤਲੇ ਤੇ ਆਹ ਲਿੱਤਾ ਨਾਲ ਆਪਾਂ ਪਨੀਰ ਮੈਂ ਜੀ ਇਹਦੇ ਵਿੱਚ ਡੇਢ ਕੋ ਗਲਾਸ ਪਾਣੀ ਪਾ ਦਾਂਗੀ ਮੈਨੂੰ ਜ਼ਿਆਦਾ ਗਾੜੇ ਨਹੀਂ ਵਧੀਆ ਲੱਗਦੇ ਹੈਗੇ ਕਿਉਂਕਿ ਨਾਲ ਆਪਾਂ ਚੋਲ ਬਣਾਣੇ ਆ ਫਿਰ ਬਹੁਤ ਜ਼ਿਆਦਾ ਗਾੜੇ ਵੀ ਨਹੀਂ ਸਹੀ ਲੱਗਦੀ ਸਬਜੀ ਤੇ 1.5 ਕ ਗਲਾਸੇ ਸਾਹਮਨਾ ਮੇ ਪਾਣੀ ਪਾ ਤਾ ਤੇ ਹੁਣ ਆਪਾਂ ਇਹਨੂੰ ਦੋ ਕ ਸੀਟੀਆਂ ਲਵਾ ਲੈਣੇ ਆ ਤੇ ਹੁਣ ਜੀ ਆਪਾਂ ਦੋ ਕ ਸੀਟੀਆਂ ਲਵਾ ਲਈਆਂ ਸੀ ਤੀਜੀ ਆਪਾਂ ਭਾਫ਼ ਦੇ ਵਿੱਚ ਹੀ ਰੱਖਤੀ ਸੀਗੀ ਸਬਜੀ ਤੇ ਹੁਣ ਆਪਾਂ ਖੋਲ ਕੇ ਚੈੱਕ ਕਰਦੇ ਆ ਸਬਜੀ ਨੂੰ ਵੀ ਮਟਰ ਆਪਣੇ ਪੱਕ ਚੁੱਕੇ ਹੈਗੇ ਨਹੀਂ ਵੈਸੇ ਮੈਨੂੰ ਲੱਗਦਾ ਪਏ ਮਟਰ ਆਪਣੇ ਗਲ ਗਏ ਨੇ ਤੇ ਹੁਣ ਗੈਸ ਨੂੰ ਕਰ ਲੈਨੇ ਆ ਔਨ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਨੀਰ ਕਟਿਆ ਹੋਇਆ ਤੇ ਹੁਣ ਜੀ ਆਪਾਂ ਪਨੀਰ ਪਾ ਕੇ ਤੇਨੂੰ ਇੱਕ ਦੋ ਬਾਲੇ ਦਵਾ ਲਾਂਗੇ ਚੰਗੀ ਤਰ੍ਹਾਂ ਕਿ ਪਨੀਰ ਵੀ ਆਪਣਾ ਚੰਗੀ ਤਰ੍ਹਾਂ ਨਾ ਸਬਜ਼ੀ ਦੇ ਵਿੱਚ ਮਿਕਸ ਹੋ ਜੇ ਤੇ ਹਲੇ ਆਪਾਂ ਇਹਨੂੰ ਇੱਕ ਦੋ ਬਾਰਲੇ ਦਵਾਵਾਂਗੇ ਹੁਣ ਜੀ ਆਪਾਂ ਸਬਜੀ ਡੋਂਗੇ ਦੇ ਵਿੱਚ ਕੱਢ ਲਈ ਐ ਇੱਕ ਤੇ ਬਹੁਤ ਹੀ ਟੇਸਟੀ ਸਬਜੀ ਬਣੀ ਸੀਗੀ ਤੇ ਜੇ ਫਰੈਂਡ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਮੇਰੀ ਵੀਡੀਓ ਤੇ ਮੇਰੀ ਰੈਸਪੀਆਂ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਮੇਰੀ ਵੀਡੀਓ ਦੇਖਣ ਲਈ ਫਰੈਂਡ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਥੈਂਕਯੂ ਜੀ